असी इस वेले रामपुर मुरादाबाद जिहड़ा टोल आ असी उहदे ते खड़े हाँ। मैं सारे मीडिया नूं बेनती करना चाहुंदा है तकरीबन 600 ट्रैक्टर ट्राली 2000 किसान जिहड़े आ ਉਹ ਦਿੱਲੀ ਵੱਲ ਨੂੰ ਚੱਲੇ। ਯੂਪੀ ਪੁਲਿਸ ਦੀ ਬਹੁਤ ਵੱਡੀ ਧੱਕੇਸ਼ਾਹੀ ਆ, ਤਕਰੀਬਨ 3-4 ਹਜ਼ਾਰ ਪੁਲਿਸ ਵਾਲਾ ਉਹ ਟਰੱਕ ਰੋਕ ਕੇ ਹਾਈਵੇ ਸਾਰਾ ਬਲੌਕ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਅਧਿਕਾਰ ਆ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ, ਪਰ ਰਸਤਾ ਨਹੀਂ ਕੋਈ ਰੋਕੇਗਾ। ਇਹ ਸੁਪਰੀਮ ਕੋਰਟ ਦੇ ਆਰਡਰ ਦੀ ਵਾਇਓਲੇਸ਼ਨ ਆ। ਯੂਪੀ ਸਰਕਾਰ ਬਹੁਤ ਧੱਕਾ ਕਰਦੀ ਪਈ ਆ। ਸਾਡੇ ਇੱਕ ਨੌਜਵਾਨ ਨੂੰ ਗੱਡੀ ਦੇ ਅੱਗੇ ਲਿਆ ਕੇ ਕੁੱਟਿਆ, ਉਹਦੀ ਬਾਂਹ ਟੁੱਟੀ, ਉਹਨੂੰ ਫ੍ਰੈਕਚਰ ਹੋਇਆ ਹੈ। ਮੈਂ ਸਾਰੇ ਪੰਜਾਬੀ ਮੀਡੀਆ ਨੂੰ ਬੇਨਤੀ ਕਰਦਾ ਹਾਂ, ਇਹ ਮੁਰਾਦਾਬਾਦ 'ਚ ਅਸੀਂ ਖੜ੍ਹੇ ਹਾਂ ਔਰ ਮੁਰਾਦਾਬਾਦ ਤੋਂ ਸਾਡੀ ਉਮੀਦ ਕੇਵਲ ਤੁਹਾਡੇ ਤੋਂ ਆ, ਕਿਉਂਕਿ ਯੂਪੀ ਦੇ ਅੰਦਰ ਤੁਸੀਂ ਹਾਲਾਤ ਦੇਖ ਰਹੇ ਜੇ, ਜਿਹੜੇ ਕਿਸਾਨ ਵੀਰ ਪਿੰਡਾਂ 'ਚੋਂ ਨਿਕਲਣਾ ਚਾਹੁੰਦੇ ਨੇ ਪੁਲਿਸ ਪਿੰਡਾਂ 'ਚ ਬੈਠੀ ਆ, ਜਿਹੜੇ ਵੀ ਪੰਜਾਬੀ ਨਿਕਲਦੇ ਪਏ ਉਹਨਾਂ ਨੂੰ ਘੇਰਦੀ ਪਈ ਆ, ਜਿਹੜਾ ਵੀ ਕਿਸਾਨੀ ਦਾ ਝੰਡਾ ਲੈ ਕੇ ਘੁੰਮਦਾ ਪਿਆ ਉਹਨੂੰ ਅਰੈਸਟ ਕਰਦੀ ਪਈ ਆ, ਬਹੁਤ ਜ਼ਿਆਦਾ ਧੱਕੇਸ਼ਾਹੀ ਇੱਥੇ ਚੱਲਦੀ ਪਈ ਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਮੀਡੀਆ ਸਾਡਾ ਸਾਥ ਦਊਗਾ। ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ, ਪਿੱਛੇ ਹਟੋ ਜੀ, ਆਹ ਦੇਖੋ ਸਾਰਾ ਹਾਈਵੇ ਬਲੌਕ ਕੀਤਾ ਹੈ, ਲੋਕ ਰੋ ਰਹੇ ਨੇ ਸਾਰੀਆਂ ਸੜਕਾਂ ਬਲੌਕ ਕਰਕੇ, ਔਰ ਖੁਦ ਇੱਥੇ SSP ਇੱਥੇ ਖਲੋਤਾ ਹੈ ਔਰ 3-4 ਹਜ਼ਾਰ ਪੁਲਿਸ ਵਾਲਾ ਔਰ ਸਾਰੇ ਟੈਂਕਰ ਰੋਕ ਕੇ ਦੋਵੇਂ ਪਾਸੇ ਟ੍ਰੈਫਿਕ ਬਲੌਕ ਕਰਤੀ, ਟਰੱਕਾਂ ਦੀਆਂ ਚਾਬੀਆਂ ਕੱਢ ਦੀਆਂ, ਵੱਡੇ ਵੱਡੇ ਕੰਟੇਨਰ ਇੱਥੇ ਲਗਾ ਰੱਖੇ ਨੇ ਔਰ ਜੈਮਰ ਲਗਾ ਕੇ, ਔਰ ਇੱਥੇ ਉਹ ਵੀ ਬੰਦ ਸੋਸ਼ਲ ਮੀਡੀਆ ਨੂੰ ਬਲੌਕ ਕਰ ਰੱਖਿਆ ਔਰ ਭੁੱਖੇ ਬੰਦੇ ਇਹ 24 ਘੰਟਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ, 36 ਘੰਟੇ ਹੋ ਗਏ ਚੱਲਿਆਂ ਨੂੰ, ਹੱਥ ਤੋੜਤਾ, ਫ੍ਰੈਕਚਰ ਕਰਤਾ, ਐਸੀ ਤਸ਼ੱਦਦ ਕੀਤੀ ਜਾ ਰਹੀ ਆ। ਮੈਂ ਉਮੀਦ ਕਰਦਾ ਹਾਂ ਕਿ ਸਾਡਾ ਮੀਡੀਆ ਜਿਹੜਾ ਪੰਜਾਬੀ ਮੀਡੀਆ, ਇਹ ਜੋ ਸਾਡਾ ਇੱਥੇ ਮੁਰਾਦਾਬਾਦ 'ਚ ਧੱਕੇਸ਼ਾਹੀ ਪੁਲਿਸ ਕਰਦੀ ਪਈ ਆ, ਇਹਨੂੰ ਲੈ ਕੇ ਆਵਾਜ਼ ਉਠਾਊਗੀ। ਇਹ ਸਾਰੇ ਲੋਕ ਜਿਹੜੇ ਨੇ ਦਿੱਲੀ ਦੇ ਗਾਜ਼ੀਪੁਰ ਬਾਰਡਰ 'ਤੇ ਆਉਣ ਵਾਸਤੇ ਚੱਲੇ ਸੀਗੇ ਔਰ ਰਾਹ 'ਚ ਇਹਨੂੰ ਰੋਕਿਆ ਗਿਆ। ਸੋ ਮੈਂ ਬੇਨਤੀ ਕਰਦਾ, ਲਾਠੀ ਚਾਰਜ ਕੀਤਾ ਗਿਆ ਇਹਨਾਂ ਦੇ ਉੱਤੇ ਔਰ ਹੁਣ ਤੁਸੀਂ ਦੇਖੋ ਇਹਨਾਂ ਨੇ ਲਿਆ ਕੇ ਵੱਡੀਆਂ ਵੱਡੀਆਂ ਜਿਹੜੀਆਂ ਗੱਡੀਆਂ ਖੜੀਆਂ ਕਰ ਦਿੱਤੀਆਂ ਔਰ ਸਾਰੇ ਵਾਟਰ ਕੈਨਨ ਖੜ੍ਹੇ ਕੀਤੇ ਨੇ ਔਰ ਸਾਰੇ ਲਾਗੇ ਚਾਗੇ ਢਾਬੇ ਬੰਦ ਕਰਾ ਦਿੱਤੇ, ਹੋਟਲ ਬੰਦ ਕਰਾ ਦਿੱਤੇ, ਲਾਈਟਾਂ ਬੰਦ ਕਰ ਰੱਖੀਆਂ ਅੰਦੇ। ਅਸੀਂ ਟੋਲ ਪਲਾਜ਼ਾ ਥੱਲੇ ਗੱਲ ਕਰਨ ਵਾਸਤੇ ਆਏ ਹਾਂ, ਪਿੱਛੇ ਸਾਰੀਆਂ ਲਾਈਟਾਂ ਬੰਦ ਕਰਾ ਰੱਖੀਆਂ। ਸੋ ਮੈਂ ਬੇਨਤੀ ਕਰਦਾ ਹਾਂ ਇਹ ਪੰਜਾਬੀ ਮੀਡੀਆ ਨੂੰ ਇਸ ਖਬਰ ਨੂੰ ਚਲਾਓ ਔਰ ਸਾਡੇ ਇਹਨਾਂ ਵੀਰਾਂ ਨੂੰ ਇੱਥੋਂ ਬਾਹਰ ਕੱਢੋ ਔਰ ਅਸੀਂ ਇਹ ਲੜਾਈ ਲੜਾਂਗੇ। ਮੈਂ ਇਹ ਵੀ ਦੱਸਣਾ ਚਾਹੁੰਦਾ ਮੁਰਾਦਾਬਾਦ ਦੀ ਪੁਲਿਸ ਨੂੰ, ਤੁਸੀਂ ਕਿਸੇ ਸੂਰਤ ਨੂੰ ਰੋਕ ਨਹੀਂ ਸਕੋਗੇ। ਇਹੀ ਮਨੋਹਰ ਲਾਲ ਖੱਟੜ ਜੀ ਨੂੰ ਭੁਲੇਖਾ ਪੈ ਗਿਆ ਸੀਗਾ ਕਿ ਉਹ ਰੋਕ ਲੈਣਗੇ। ਮੈਂ ਕਹਿਣਾ ਚਾਹੁੰਦਾ ਯੋਗੀ ਜੀ ਨੂੰ, ਸਾਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਕਿਸੇ ਸੂਰਤ ਅਸੀਂ ਰੁਕਾਂਗੇ ਨਹੀਂ। ਸਾਡੀ ਲੜਾਈ ਦਿੱਲੀ ਦੇ ਖਿਲਾਫ ਆ, ਸਾਨੂੰ ਦਿੱਲੀ ਜਾਣ ਦਿਓ।